ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਪੰਜਾਬ ਚ ਬਿਜਲੀ ਖਪਤਕਾਰਾਂ ਲਈ ਆਈ ਹੈ ਵੱਡੀ ਖਬਰ ਲੱਗੇਗਾ ਵੱਡਾ ਚਟਕਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣ ਪੰਜਾਬ ਦੇ ਵਿੱਚ ਬਿਜਲੀ ਖਪਤਕਾਰਾਂ ਨੂੰ ਇੱਕ ਵਾਰ ਫਿਰ ਬਿਜਲੀ ਦਾ ਚਟਕਾ ਲੱਗ ਸਕਦਾ ਹੈ ਅਤੇ ਪਹਿਲਾਂ ਤੋਂ ਹੀ ਮਹਿੰਗੀ ਬਿਜਲੀ ਦੀ ਕੀਮਤਾਂ ਹੋਰ ਵਧ ਸਕਦੀਆਂ ਨੇ ਲੈਹਰਾ ਮੁਹੱਬਤ ਥਰਮਲ ਪਲਾਂਟ 'ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਫਲੂ ਗੈਸਰ ਡੀ ਅਲਫਰੂਏਸ਼ਨਸ ਇਕਾਈਆਂ ਦੀ ਸਥਾਪਨਾ ਉਤਪਾਦਨ ਲਾਗਤਾਂ ਨੂੰ ਵਧਾਉਣ ਜਾ ਰਹੀ ਹੈ ਪੀਐਸਪੀਐਲ ਵੱਲੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਦੇ ਨਿਰਦੇਸ਼ਾਂ ਮੁਤਾਬਕ ਥਰਮਾ ਪਲਾਂਟ ਵਿੱਚ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਹਵਾ ਦੀ ਗੁਣਵੰਤਾ ਜਸਦਾਰ ਲਈ ਡਰਾਈ ਵੈਫਰ ਜੀਡੀ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਗਈ ਪਹਿਲਾ ਪੀਐਸਪੀਐਲ ਵੱਲੋਂ ਵੈੱਡ ਫਲੂ ਗੈਂਸ ਪ੍ਰਣਾਲੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਇਸ ਤੇ ਹੋਣ ਵਾਲੇ ਖਰਚੇ ਨੂੰ ਧਿਆਨ ਚ ਰੱਖਦੇ ਹੋਏ ਅੱਧੀ ਕੀਮਤ ਤੇ ਡਰਾਈ ਸਿਸਟਮ ਲੈਣ ਦਾ ਫੈਸਲਾ ਕੀਤਾ ਗਿਆ ਪੀਐਸਪੀਸੀਐਲ ਨੇ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਐਫਜੀਡੀ ਯੂਨਿਟ ਲਿਉਣ ਲਈ ਦਬਾਅ ਨਾ ਪਾਉਣ ਕਿਉਂਕਿ ਥਰਮਲ ਪਲੈਂਟ ਸਿਰਫ ਝੋਨੇ ਦੇ ਸੀਜ਼ਨ ਦੌਰਾਨ ਚਲਾਏ ਜਾਂਦੇ ਹਨ ਜਦੋਂ ਪ੍ਰਦੂਸ਼ਣ ਘੱਟ ਹੁੰਦਾ ਹੈ ਇਸ ਬਾਰੇ ਪੀਐਸਪੀਐਸਐਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਮੌਜੂਦਾ ਲੋਡ 15% ਸਿੱਧੀ ਹੈ ਇਸ ਬਾਰੇ 올 ਇੰਡੀਆ ਪਾਵਰ ਇੰਜੀਨੀਅਰ ਫੰਡਾਸ਼ਨ ਦੇ ਬਲਾਰੇ ਵੀ ਲੈ ਕੇ ਗੁਪਤਾ ਨੇ ਕਿਹਾ ਕਿ ਪੀਐਸਪੀਸੀਐਲ ਨੂੰ ਲਹਿਰਾ ਮੁਹੱਬਤ ਵਿਖੇ ਉਪਭੋਗਤਾ ਸਿਸਟਮ ਲਾਉਣ ਲਈ 150 ਕਰੋੜ ਰੁਪਏ ਵੱਧ ਖਰਚ ਕਰਨੇ ਪੈਣਗੇ ਇਸ ਦਾ ਅਸਰ ਪੀਐਸਪੀਸੀਐਲ ਦੀ ਆਮਦਨ ਦੇ ਵੀ ਪੈ ਸਕਦਾ ਹੈ ਜਿਸ ਸਕਾਰਨ ਬਿਜਲੀ ਦੀ ਕੀਮਤਾਂ 'ਚ ਹੋਰ ਵਾਧਾ ਸੰਭਾਵਨਾ ਹੈ ਪੀਐਸਪੀਸੀਐਲ ਦੇ ਚੀਫ ਮੈਨੇਜਿੰਗ ਡਾਇਰੈਕਟਰ ਵਿਰਨੋ ਪ੍ਰਸ਼ਾਦ ਦਾ ਕਹਿਣਾ ਹੈ ਕਿ ਰੋਪੜ ਥਲਮਰ ਪਲੈਂਟ ਵਿਖੇ ਐਫਜੀਡੀ ਸਿਸਟਮ ਨਹੀਂ ਲਾਇਆ ਜਾਏਗਾ ਕਿਉਂਕਿ ਦੋ ਯੂਨਟਾਂ ਪਹਿਲਾਂ ਹੀ ਬੰਦ ਕੀਤੀਆਂ ਜਾ ਚੁੱਕੀਆਂ ਨੇ ਜਦੋਂ ਕਿ ਬਾਕੀ ਚਾਰ ਯੂਨਟਾਂ ਅਗਲੇ 2 ਸਾਲ ਤੱਕ ਬੰਦ ਹੋਣ ਦੀ ਸੰਭਾਵਨਾ ਹੈ ਉਨਾਂ ਨੇ ਕਹਾ ਕਿ ਖਰਚੇ ਦੀ ਬਚਤ ਲਈ ਲਹਿਰਾ ਮੁਹੱਬਤ ਵਿਗਟ ਡਰਾਇਫ ਜੀਡੀ ਸਿਸਟਮ ਲਾਇਆ ਜਾ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ